ਸਿਮਰਜੀਤ ਸਿੰਘ ਮਾਨ ਨੇ ਡੇਰਾ ਬਾਬਾ ਨਾਨਕ ਪਹੁੰਚ ਕੇ ਉਮੀਦਵਾਰ ਲਵਪ੍ਰੀਤ ਸਿੰਘ ਉਰਫ ਤੂਫਾਨ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਪਿੰਡ ਪਿੰਡ ਕੀਤਾ ਰੋਡ ਸ਼ੋਅ। ਡੇਰਾ ਬਾਬਾ ਨਾਨਕ ਤੋਂ ਜ਼ਿਮਨੀ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਲਵਪ੍ਰੀਤ ਸਿੰਘ ਉਰਫ ਤੂਫਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਪਹੁੰਚੇ, ਜਿੱਥੇ ਉਹਨਾਂ ਨੇ ਪਿੰਡ ਪਿੰਡ ਜਾ ਕੇ ਰੋਡ ਸ਼ੋਅ ਕੀਤਾ ਅਤੇ ਆਪਣੇ ਉਮੀਦਵਾਰ ਲਵਪ੍ਰੀਤ ਸਿੰਘ ਉਰਫ ਤੂਫਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਮੰਡੀਆਂ ਚੋਂ ਝੋਨਾ ਚੁੱਕਿਆ ਨਹੀਂ ਜਾ ਰਿਹਾ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਸਰਕਾਰ ਨੂੰ ਵਪਾਰ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਬਾਰਡਰ ਨਾਲ ਲੱਗਦੇ ਪਿੰਡਾਂ ਅਤੇ ਕਸਬਿਆਂ ਵਿੱਚ ਕਾਰੋਬਾਰ ਵਿੱਚ ਵਾਧਾ ਹੋ ਸਕੇ, ਜਿਸ ਨਾਲ ਸਰਹੱਦ ਤੇ ਰਹਿਣ ਵਾਲੇ ਲੋਕ ਖੁਸ਼ਹਾਲ ਹੋ ਸਕਣ। ਸਾਰੇ ਰਿਪੋਰਟਰਸ ਨੂੰ ਜੀ ਆਇਆਂ, ਸਾਰੀ ਪਾਰਟੀ ਨੂੰ ਜੀ ਆਇਆਂ। ਜਿਹੜਾ ਇਹ ਜ਼ਿਮਨੀ ਚੋਣ ਹੈਗਾ, ਇਹਦੇ ਵਿੱਚ ਸਾਡੇ ਲਵਪ੍ਰੀਤ ਸਿੰਘ ਤੂਫਾਨ ਇਲੈਕਸ਼ਨ ਸਾਡੀ ਪਾਰਟੀ ਦੇ ਕੈਂਡੀਡੇਟ ਨੇ, ਜਿਹੜੇ ਮੇਰੇ ਸੱਜੇ ਪਾਸੇ ਬੈਠੇ ਆ, ਬੜੇ ਜਵਾਨ ਨੇ, ਤਕੜੇ ਆ ਅਤੇ ਬਹੁਤ ਅੱਛੀ ਤਰ੍ਹਾਂ ਨੁਮਾਇੰਦਗੀ ਇਸ ਹਲਕੇ ਦੀ ਕਰਨਗੇ। ਜੋ ਕਰਕੇ ਬਾਰਡਰ ਏਰੀਆ ਹੈਗਾ ਅਤੇ ਇੱਥੇ ਕਈ ਚੀਜ਼ਾਂ ਸਮਗਲਿੰਗ ਵੀ ਹੁੰਦੀ ਹੈ, ਚਿੱਟਾ ਵੀ ਆਉਂਦਾ, ਸਾਰਾ ਕੁਛ ਜਿਹੜਾ ਅਜੇ ਤੱਕ ਪੋਲੀਟੀਸ਼ਨਸ ਨੇ, ਬੇਸ਼ੱਕ ਕੋਈ ਵੀ ਪਾਰਟੀ ਹੋਵੇ, ਉਹਨਾਂ ਨੇ ਕੰਟਰੋਲ ਨਹੀਂ ਕੀਤਾ। ਮੈਂ ਪਿੱਛੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਮੈਨੂੰ ਕਾਲਾ ਧਨਾ ਸਾਹਿਬ ਨੇ ਬੁਲਾਇਆ ਸੀਗਾ 15 ਸਪਟੈਂਬਰ ਨੂੰ ਕਿ ਇੱਥੇ ਆ ਕੇ ਦੱਸੋ ਕਿ ਸਾਡੀ ਜਿਹੜੀ ਜੀਰੀ ਹੈ ਉਹ ਚੱਕੀ ਨਹੀਂ ਜਾਂਦੀ ਅਤੇ ਜਿਹੜੇ ਗੋਦਾਮ ਹੈ ਉਹ ਭਰੇ ਪਏ ਹੈ, ਕੋਈ ਸਪੈਸ਼ਲਾਂ ਨਹੀਂ ਆਉਂਦੀਆਂ ਜਿਹਦੇ ਉੱਤੇ ਇਹ ਦੂਜੇ ਸੂਬਿਆਂ ਦੇ ਵਿੱਚ ਬੋਰੀਆਂ ਨੂੰ ਜੀਰੀ ਨੂੰ ਭੇਜਿਆ ਜਾਵੇ। ਅੱਜ ਤੁਸੀਂ ਦੇਖੋ ਕਿ ਕਿੱਡਾ ਬੁਰਾ ਹਾਲ ਹੈ ਸਾਰੇ ਪੰਜਾਬ ਦਾ, ਸਾਰੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਨੇ ਜੀਰੀ ਲਿਆਂਦੀ ਹੋਈ ਹੈ ਪਰ ਉੱਥੇ ਚੱਕ ਨਹੀਂ ਹੋ ਰਹੀ, ਨਾ ਕੋਈ ਉੱਥੇ ਆੜ ਜੀ ਏ ਦੀ ਚੱਲਦੀ ਹੈ। ਸਾਡੇ ਲੇਬਰ ਮਜ਼ਦੂਰ ਬਿਹਾਰ ਤੋਂ ਆਏ ਹੋਏ ਹੈ, ਉਹਨਾਂ ਨੇ ਵੀ ਖਾਣਾ ਪੀਣਾ ਹੈਗਾ, ਉਹ ਵੀ ਇਹ ਗੁੱਸੇ ਬੈਠੇ ਹੈ ਅਤੇ ਜ਼ਿਮੀਦਾਰਾਂ ਦਾ ਬਹੁਤ ਬੁਰਾ ਹਾਲ ਹੈ ਕਿ ਇਹ ਉਹਨਾਂ ਨੇ ਕਣਕ ਬੀਜਣੀ ਸ਼ੁਰੂ ਕਰਤੀ ਹੈ ਅਤੇ ਕੋਈ ਯੂਰੀਆ ਨਹੀਂ ਹੈ, ਕੋਈ ਡੀ ਏ ਪੀ ਖਾਦ ਹੈ ਨਹੀਂ ਗੀ। ਸਾਰੇ ਪਾਸਿਓਂ ਬੀ ਜੇ ਪੀ ਸਰਕਾਰ ਸੈਂਟਰ ਨੇ ਅਤੇ ਆਮ ਪਾਰਟੀ ਨੇ, ਪਤਾ ਨਹੀਂ ਕਿਉਂ ਸਾਡੇ ਜ਼ਿਮੀਦਾਰਾਂ ਦਾ ਪੰਜਾਬ ਦਾ ਸਾਹ ਘੁੱਟਿਆ ਹੋਇਆ। ਹੁਣ ਆਹ ਬਾਰਡਰ ਹੈ ਇੱਥੋਂ ਕੋਈ 30-30 ਕਿਲੋਮੀਟਰ ਜਾਂ ਕਿੰਨੇ ਕਿਲੋਮੀਟਰ ਹੈ ਪਾਕਿਸਤਾਨ, ਇੱਥੇ ਚਲੇ ਜਾਓ ਅਤੇ ਇੱਥੇ ਤੁਹਾਨੂੰ ਜੀਰੀ ਦਾ ਭਾਅ 8,500 ਰੁਪਈਆ ਕੁਇੰਟਲ ਮਿਲੂਗਾ, ਜਦਕਿ ਇੱਥੇ ਇੱਥੇ ਜਿਹੜੀ ਆਪਣੀ ਮੂੰਜੀ ਹੈ ਜਾਂ ਇਹ ਆਪਣੀ ਬਾਸਮਤੀ ਹੈ ਉਹਦਾ ਭਾਈ 2600 ਜਾਂ 2700 ਰੁਪਇਆ ਹੈਗਾ। ਸੋ ਮੇਰਾ ਮਤਲਬ ਹੈ ਕਿ ਇੱਥੋਂ ਦੇ ਪੰਜਾਬ ਨੂੰ ਸਿਰਫ ਮਾਰਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਬਿਲਕੁਲ ਜੇ ਇੱਥੋਂ ਦੇ ਕਿਸਾਨਾਂ ਨੇ ਇੱਥੇ ਜੱਦੋਜਹਿਦ ਕੀਤੀ ਹੈ ਕਿਸਾਨਾਂ ਅਤੇ ਲੋਕਾਂ ਦੇ ਹੱਕ ਦੇ ਵਿੱਚ ਕਿ ਇਹਨਾਂ ਨੂੰ ਖਤਮ ਕੀਤਾ ਜਾਵੇ। ਹੁਣ ਦੀਵਾਲੀ ਆਈ ਹੈ, ਇੱਕ ਬਹੁਤ ਵੱਡਾ ਤਿਉਹਾਰ ਹੁੰਦਾ ਸਾਡਾ ਸਾਰਿਆਂ ਦਾ, ਅਤੇ ਦੁਕਾਨਾਂ ਭਰੀਆਂ ਪਈਆਂ ਸੀਗੀਆਂ, ਜ਼ਿਆਦਾ ਸਮਾਨ ਦੁਕਾਨਦਾਰਾਂ ਨੇ ਬੁਲਾਇਆ ਹੋਇਆ ਸੀਗਾ ਅਤੇ ਸੜਕਾਂ ਤੱਕ ਸਮਾਨ ਵਿਛਿਆ ਪਿਆ ਸੀ, ਜਗ੍ਹਾ ਹੀ ਨਹੀਂ ਸੀਗੀ ਦੁਕਾਨਾਂ ਦੇ ਵਿੱਚ।
ਤੇ ਟਕੇ ਦਾ ਕੋਈ ਖਰਚਾ ਹੋਇਆ ਹੀ ਨਹੀਂ। ਕੋਈ ਦੀਵਾਲੀ ਦੇ ਲਈ ਕੱਪੜਾ ਜਾਂ ਹੋਰ ਜਿਹੜੀਆਂ ਚੀਜ਼ਾਂ ਲੈਂਦੇ ਆ ਲੈ ਹੀ ਨਹੀਂ ਸਕਿਆ। ਟੈਲੀਵਿਜ਼ਨ, ਵਾਸ਼ਿੰਗ ਮਸ਼ੀਨਾਂ ਐਂ ਚੱਲੀਆਂ ਗਈਆਂ, ਕਿਉਂ ਕਰਕੇ ਪੈਸਾ ਹੀ ਨਹੀਂ ਆਇਆ ਇਹ ਜੀਰੀ ਦਾ, ਜਿਹਦੇ ਕਰਕੇ ਇਹ ਬਹੁਤ ਨੁਕਸਾਨ ਸਾਡੇ ਦੁਕਾਨਦਾਰਾਂ ਦਾ ਵੀ ਹੋਇਆ, ਸਾਡੀ ਲੇਬਰ ਦਾ ਵੀ ਹੋਇਆ, ਆੜ੍ਹਤੀਆਂ ਦਾ ਹੋਇਆ, ਕਿਸਾਨਾਂ ਦਾ ਹੋਇਆ। ਅਤੇ ਹੁਣ ਕਣਕ ਵੀ ਬੀਜਣ ਲੱਗ ਪਈ ਹੈ ਅਤੇ ਉੱਥੇ ਵੀ ਸੈਂਟਰ ਸਾਨੂੰ ਖਾਦ ਨਹੀਂ ਦੇ ਰਿਹਾ, ਨਾ ਯੂਰੀਆ ਦੇ ਰਿਹਾ, ਨਾ DAP ਦੇ ਰਿਹਾ, ਨਾ ਹੋਰ ਕੋਈ ਖਾਦ ਦੇ ਰਿਹਾ। ਜੇ ਦੇ ਰਿਹਾ ਤਾਂ ਜਿਹੜੇ ਵੇਚਣ ਵਾਲੇ ਉਹ ਕਹਿੰਦੇ ਫਲਾਣੀ ਚੀਜ਼ ਵੀ ਚੱਕੋ, ਫਲਾਣੀ ਚੀਜ਼ ਵੀ ਚੱਕੋ, ਜਿਹਦੀ ਕੋਈ ਲੋੜ ਕਿਸੇ ਕਿਸਾਨ ਨੂੰ ਹੈ ਨਹੀਂ। ਹੁਣ ਇਹੋ ਜਿਹੇ ਹਾਲਾਤ ਬਣਾਏ ਹੋਏ ਹੈ। ਇੱਥੇ ਕਾਂਗਰਸ ਵੀ ਹੈ, BJP ਵੀ ਹੈ, ਆਮ ਆਦਮੀ ਪਾਰਟੀ ਹੈ। ਜਿਹੜੀ ਪੋਲਿਸੀ ਇੰਡੀਆ ਨੇ ਬਣਾਈ ਹੈ, BJP RSS ਨੇ, ਮੋਦੀ ਨੇ ਅਤੇ ਉਹਦੀ ਜੁੰਡਲੀ ਨੇ, ਅਮਿਤ ਸ਼ਾਹ ਨੇ, ਫਿਰ ਉਹਦੇ ਵਿੱਚ ਇਹ ਅਜੀਤ ਡੋਇਲ ਹੈ, ਜੈਸ਼ੰਕਰ ਵਿਦੇਸ਼ੀ ਵਜ਼ੀਰ ਹੈ, ਰਵੀ ਸਿਨਹਾ ਰੋ ਦਾ ਮੁਖੀ ਹੈ, ਫਿਰ ਸੁਮੰਤ ਗੋਇਲ ਤੁਹਾਡਾ SSP ਇੱਥੇ ਰਿਹਾ, ਉਹ ਰੋ ਦਾ ਮੁਖੀ ਸੀਗਾ। ਜਦੋਂ SSP ਇੱਥੇ ਰਿਹਾ ਉਸਨੇ ਬਹੁਤ ਸਿੱਖ ਮਾਰੇ ਹੈਗੇ ਹੈ, ਸੁਮੰਤ ਗੋਇਲ ਨੇ, ਨਜਾਇਜ਼, ਅਤੇ ਉਹ ਵੀ ਹੈ, ਅਤੇ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਹੈ। ਇਹਨਾਂ ਦੀ ਪੋਲਿਸੀ ਹੈ ਕਿ ਮੋਦੀ ਸਾਹਿਬ ਨੇ ਕਿਹਾ ਕਿ ਪਹਿਲੇ ਤੋਂ ਜੋ ਆਜ਼ਾਦੀ ਮੈਂ ਮੰਗਦੇ ਥੇ ਸਿੱਖ ਲੋਕ, ਉਹ ਬਾਹਰ ਕੇ ਮੁਲਕੋਂ ਕੋ ਭਾਗ ਜਾਤੇ ਥੇ, ਫਿਰ ਉਨਕੇ ਪੀਛੇ ਹਮ ਫਾਈਲ ਦਸਤਾਵੇਜ਼ ਭੇਜਦੇ ਥੇ ਔਰ ਉਨ ਸਰਕਾਰੋਂ ਕੋ ਹਮ ਬਤਾਤੇ ਥੇ ਕਿ ਇਹ ਐਸੇ ਹੈ ਸਿੱਖ ਲੋਕ ਜੋ ਆਪਕੇ ਮੁਲਕ ਮੈਂ ਬਸ ਨਹੀਂ ਆਏ ਹੈ। ਪਰ ਕਹਿੰਦਾ ਅਬ ਨਹੀਂ ਹੈ, ਅਬ ਐਸਾ ਬਾਤ ਨਹੀਂ ਹੈ, ਹਮ ਅਬ ਨੇ ਆਰਡਰ ਕਰ ਦੀਆ ਇੰਟੈਲੀਜੈਂਸ ਏਜੰਸੀਜ਼ ਕੋ, ਜੋ ਬਾਹਰ ਕੇ ਵੋ ਹੋਤੇ ਹੈ ਗੈਂਗਸਟਰ, ਉਨਕੋ ਪੈਸੇ ਦੇ ਕੇ ਇਨ ਆਜ਼ਾਦੀ ਮੰਗਣੇ ਵਾਲੇ ਸਿੱਖੋਂ ਕੋ ਮਾਰ ਦਿਆ ਜਾਏ ਗੋਲੀ ਸੇ, ਜਾਂ ਇਨਕੋ ਜ਼ਹਿਰ ਦੇ ਕੇ ਮਾਰ ਦਿਆ ਜਾਏ। ਇਸ ਪੋਲਿਸੀ ਦੇ ਤਹਿਤ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਹੈਗਾ, ਰਿਪਿਤ ਅਮਿਤ ਸਿੰਘ ਮਲਿਕ ਨੂੰ ਮਾਰ ਦਿੱਤਾ, ਸੁਖਦੂਨ ਸਿੰਘ ਨੂੰ ਮਾਰ ਦਿੱਤਾ ਕੈਨੇਡਾ ਦੇ ਵਿੱਚ, ਬਲੈਰ ਅਤੇ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਠੰਡੇ ਨੂੰ ਮਾਰ ਦਿੱਤਾ ਗਿਆ ਜ਼ਹਿਰ ਦੇ ਕੇ, ਅਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾਲ ਨੂੰ ਮਾਰਤਾ ਅਤੇ ਲਖਬੀਰ ਸਿੰਘ ਰੋਡੇ ਨੂੰ ਮਾਰਤਾ, ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ। ਵਾਹਿਗੁਰੂ ਜੀ ਕਾ ਖਾਲਸਾ, ਸਭ ਤੋਂ ਪਹਿਲਾਂ ਸਮੂਹ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਬਹੁਤ ਬਹੁਤ, ਜਿਹੜਾ ਤੁਸੀਂ ਆਪਣਾ ਸਮਾਂ ਕੱਢ ਕੇ ਇੱਥੇ ਆ ਗਏ ਹੋ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਸਰਦਾਰ ਅਤੇ ਪੰਥ ਦੀ ਸ਼ਾਨ ਅਤੇ ਪੰਜਾਬ ਦੀ ਸ਼ਾਨ ਸਰਦਾਰ ਮਾਨ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਅਤੇ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਅਤੇ ਹੋਰ ਪਤਵੰਤੇ ਸੱਜਣ ਜਥੇਦਾਰ ਸਾਹਿਬ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਇੱਥੇ, ਜਿਹੜਾ ਆਪਣੇ ਬਹੁਤ ਹੀ ਔਖੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ, ਬਹੁਤ ਬਿਜ਼ੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਸਾਡੇ ਕੋਲ ਪਧਾਰੇ ਨੇ, ਜਿੱਥੇ ਇੰਨਾ ਜ਼ੋਰਾਂ ਸ਼ੋਰਾਂ ਦੇ ਵਿੱਚ, ਜਿੱਦਾਂ ਬਰਨਾਲੇ ਦੇ ਵਿੱਚ ਜਿਹੜੀ ਗੋਬਿੰਦ ਸਿੰਘ ਸੰਧੂ ਸਾਹਿਬ ਸਾਡੇ ਚੋਣ ਲੜਦੇ ਨੇ, ਗਿੱਦੜਬਾਹ ਤੋਂ ਸਿਵਰਾਜ ਸਿੰਘ ਜੀ ਨਿਆਮੀ ਵਾਲਾ
ਅਤੇ ਉਹਦੇ ਤੋਂ ਬਾਵਜੂਦ ਵੀ ਸਾਡੇ ਕੋਲ ਸਮਾਂ ਪਹੁੰਚਿਆ। ਸੋ ਬੇਨਤੀ ਮੈਂ ਇਹ ਕਰਨਾ ਚਾਹੁੰਦਾ ਹਾਂ ਵੀ ਤੁਸੀਂ ਸਾਰਿਆਂ ਦਾ ਜਿਹੜਾ ਵੇਖ ਚੁੱਕੇ ਹੋ ਸਵਾਲ, ਤੁਸੀਂ ਕਾਂਗਰਸ ਦਾ ਵੀ ਲੰਮਾ ਸਮਾਂ ਰਾਜ ਵੇਖਿਆ, ਤੁਸੀਂ ਬਾਰ ਬੀਜੇਪੀ ਦਾ ਵੀ ਵੇਖ ਲਿਆ ਸੈਂਟਰ ਦੇ ਉੱਪਰ, ਅਤੇ ਕੁਝ ਰਾਜਾਂ ਦੇ ਵਿੱਚ ਬੀਜੇਪੀ ਦਾ ਵੀ ਵੇਖਿਆ, ਇਹਨਾਂ ਦੀ ਕਤਲੋਗਾਰਦ ਵੇਖੀ, ਅਤੇ ਜਿਹੜਾ ਵਾ ਤੁਸੀਂ ਬਾਰ ਬਾਰ ਉਹਨਾਂ ਨੂੰ ਲਿਆਂਦੇ ਜਾਂਦੇ ਹੋ, ਤਾਂ ਜਾਂ ਬਾਦਲ ਕੇ ਜਿਹੜੇ ਆ ਅਸਲੀ ਅਕਾਲੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਜਿਹੜੀ ਵੀ ਦਿੱਲੀ ਤੋਂ ਨਹੀਂ ਚੱਲਦੀ, ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲਦੀ, ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਥਾਪੜੇ ਦੇ ਨਾਲ, ਸਰਦਾਰ ਸਿਮਰਜੀਤ ਸਿੰਘ ਜੀ ਮਾਣ, ਸੰਤਾਂ ਦੀਆਂ ਅਕਸਰ ਸਪੀਚਾਂ ਆਉਂਦੀਆਂ ਨੇ ਮਾਣ ਸਾਹਿਬ ਦੇ ਹੱਕ ਦੇ ਵਿੱਚ ਵੀ ਸਾਡੇ ਨਿਹੰਗ ਬੈਠਾ ਵਾ, ਸਾਡਾ ਯੋਧਾ ਬੈਠਾ ਵਾ ਜਿਹਨੇ IPS ਦੀ ਨੌਕਰੀ ਛੱਡੀ ਸਾਡੇ ਵਾਸਤੇ, IPS ਅਤੇ ਸੰਤ ਸਰਦਾਰ ਸਿਮਰਜੀਤ ਸਿੰਘ ਜੀ ਮਾਣ ਉਹ ਨੇ ਜਿਹੜੇ ਪਿਛਲੇ 40 ਸਾਲ ਤੋਂ ਕੌਮ ਦੇ ਲਈ, ਪੰਥ ਲਈ, ਪੰਜਾਬ ਲਈ, ਪੰਜਾਬ ਦੀ ਨੌਜਵਾਨੀ ਲਈ, ਪਾਣੀ ਵਾਲੀ, ਬੰਦੀ ਸਿੰਘਾਂ ਲਈ ਅਤੇ ਹੋਰ ਵੱਖ ਵੱਖ ਮੁਲਕੇ, ਇੱਥੋਂ ਤੱਕ ਕਿ ਫੋਰਨ ਕੰਟਰੀਆਂ ਵਰਲਡ ਦੇ ਵਿੱਚ ਵੀ ਜਿਹੜੇ ਸਾਡੇ ਸਿੱਖਾਂ ਨੂੰ ਜਲਾਵਤਨੀ ਕਹਿ ਕੇ ਇੱਥੋਂ ਭਗੌੜੇ ਕਰਾਰ ਦਿੱਤਾ ਜਾਂਦਾ ਹੈ, ਬਾਹਰ ਵੀ ਇਹਨਾਂ ਦਾ ਸ਼ਰਨ ਦੇ ਦਿੱਤੀ ਜਾਂਦੀ ਹੈ, ਮਾਣ ਸਾਹਿਬ ਦੀ ਬਦੌਲਤ ਇੰਨੀ ਕਿਰਪਾ ਵੀ ਵਰਲਡ ਦੇ ਵਿੱਚ ਇਹਨਾਂ ਦੀ ਗੂੰਜ ਆ। ਕੋਈ ਦੁਨੀਆਂ ਦੇ ਵਿੱਚ ਇਹੋ ਜਿਹਾ ਲੀਡਰ ਨਹੀਂ ਹੋਣਾ ਜਿਹਦਾ ਹਰ ਇੱਕ ਦਾ ਆਪਣੇ ਰਾਜ ਦੇ ਵਿੱਚ ਅਤੇ ਹਰ ਇੱਕ ਦਾ ਚੱਲ ਜਾਂਦਾ ਵਾ ਕਿਸੇ ਦੇ ਨਾਲ, ਕੋਈ ਦੁਨੀਆਂ 'ਤੇ ਇਹੋ ਜਿਹਾ ਲੀਡਰ ਨਹੀਂ ਹੈਗਾ ਜਿਹਦਾ ਪੂਰੇ ਵਰਲਡ ਦੇ ਵਿੱਚ ਸਿੱਕਾ ਚੱਲਦਾ ਹੋਵੇ। ਸਰਦਾਰ ਸਿਮਰਜੀਤ ਸਿੰਘ ਜੀ ਮਾਣ ਇੱਕੋ ਇੱਕ ਪੰਥ ਦੇ ਲੀਡਰ ਨੇ ਜਿਨ੍ਹਾਂ ਦਾ ਮਾਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਝੰਡੇ ਝੂਲਦੇ ਨੇ। ਮੈਂ ਵੋਟਰਾਂ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਹਾਂ ਕਿ ਤੁਸੀਂ ਪਹਿਲਾਂ ਜਿੰਨੇ ਵੀ ਤੁਸੀਂ ਵੇਖ ਚੁੱਕੇ ਹੋ ਦਿੱਲੀ ਤੋਂ ਚੱਲਦੀਆਂ ਇਹ ਸਰਕਾਰਾਂ ਨੇ, ਜਿਨ੍ਹਾਂ ਦਿੱਲੀ ਦਰਬਾਰ ਤੋਂ ਚੱਲਦੀਆਂ ਜੋ ਉੱਥੋਂ ਕਮਰਾਂ ਆਉਣਾ ਵਾ, ਬੀਜੇਪੀ ਜਿਹੜੀ ਆ RSS ਦੀ ਇੱਕ ਸਾਖਾ ਵਾ, ਉਹਦੇ ਪਿੱਛੇ ਦੀਪ ਸਟੇਟ ਆ, ਜੋ ਉਹਨਾਂ ਨੇ ਉਹਨਾਂ ਨੂੰ ਡਾਇਰੈਕਸ਼ਨ ਦੇਣੀ ਆ ਉਹਦੇ ਅਸਾਰ, ਜੇ ਉਹਨਾਂ ਨੇ ਚੂੜੀ ਟੈਟ ਕਰਨੀ ਆ ਵੀ ਪੰਜਾਬ ਦੇ ਵਿੱਚ ਕਤਲੋਗਾਰਦ ਕਰ ਦਿਉ, ਫਿਰ ਸਾਡੇ ਨਜਾਇਜ਼ ਸਿੱਖਾਂ ਨੂੰ ਨਜ਼ਰਬੰਦ ਕਰਕੇ ਅਸਾਮ ਦੀਆਂ ਡਿਬਰੂਗੜ੍ਹ ਵਰਗੀਆਂ ਜੇਲ੍ਹਾਂ ਦੇ ਵਿੱਚ ਪਹਿਲੇ ਸਿੰਘ ਸਾਡੇ ਕੀ ਛੱਡਣੇ ਸੀ, ਉਹ ਸਾਡੇ ਦੁਬਾਰਾ ਨਜ਼ਰਬੰਦ ਕਰਕੇ ਉੱਥੇ NSA ਲਾ ਕੇ ਭੇਜ ਦਿੱਤਾ ਜਾਂਦਾ ਆ। ਜੇ ਉਹ ਕਹਿੰਦੇ ਆ ਤੇ ਇੱਥੇ ਦੰਗਿਆਂ ਦਾ ਨਾਮ ਰੂਪ ਦੇ ਵਿੱਚ, ਧਾਰਮਿਕ ਮੁੱਦਿਆਂ ਦੇ ਰੂਪ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਆ, ਚਾਹੇ ਕਾਂਗਰਸ ਦੀ ਸਰਕਾਰ ਹੋਵੇ, BJP ਦੀ ਸਰਕਾਰ ਹੋਵੇ, ਜਾਂ ਕੋਈ ਹੋਰ ਦਿੱਲੀ ਤੋਂ ਚੱਲਣ ਵਾਲੀ ਮੌਜੂਦਾ ਆਮ ਆਦਮੀ ਜਿਹੜੀ ਸਰਕਾਰ ਵਾ, ਇਹ ਬਦਲਾਅ ਦਾ ਨਾਮ ਲੈ ਕੇ ਆਈ ਸੀ। ਇਹ ਕਹਿੰਦੇ ਸੀ ਤੁਸੀਂ ਸਾਨੂੰ ਮੌਕਾ ਦਿਉ, ਆਪਾਂ ਦੋਵਾਂ ਮਹੀਨਿਆਂ 'ਚ ਬੇਅਦਬੀਆਂ ਦਾ ਜਿਹੜਾ ਇਨਸਾਫ਼ ਕਰਾਂਗੇ, ਬੇਅਦਬੀਆਂ ਦਾ ਜਿਹੜਾ ਮਸਲਾ ਹੱਲ ਕਰਾਂਗੇ। ਇਹ ਕਹਿੰਦੇ ਸੀ ਸਾਡਾ ਮਸਲਾ ਹੱਲ ਕਰੋ, ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਅਤੇ ਬੰਦੀ ਸਿੰਘਾਂ ਨੂੰ ਯਾਦ ਕਰਾਂਗੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਤੁਸੀਂ ਕੀ, ਤੁਹਾਡੀ ਸਰਕਾਰ ਬਣੀ ਨੂੰ 3 ਸਾਲ ਹੋ ਚੱਲੇ ਆ, ਕੀ ਤੁਸੀਂ ਬੇਅਦਬੀਆਂ ਦਾ ਮਸਲਾ ਹੱਲ ਕੀਤਾ? ਤੁਸੀਂ ਕੋਈ ਠੋਸ ਕਾਨੂੰਨ ਬਣਾਇਆ? 295 ਜਿਹੜੀ ਧਾਰਾ ਆ ਉਹ ਵੱਡੇ ਤੋਂ ਵੱਡਾ ਗੁਨਾਹਗਾਰ ਵੀ ਜਿਹੜੀ ਆ ਮਾੜੇ ਤੋਂ ਮਾੜਾ ਕੰਮ ਕਰਕੇ ਬੇਅਦਬੀ ਸਾਡੇ ਗੁਰੂਆਂ ਦੇ ਅੱਗ ਖਿਲਾਰ ਕੇ ਅਤੇ 15 ਦਿਨਾਂ ਬਾਅਦ ਜ਼ਮਾਨਤ 'ਤੇ ਆ ਜਾਂਦਾ ਵਾ, ਅਤੇ ਸਾਡੇ ਜੇ ਮਾੜੀ ਮੋਟੀ ਕਿਤੇ ਰਾਜ ਭਾਗ ਦੀ ਜਾਂ ਪਾਤਸ਼ਾਹੀ ਦਾਅਵੇ ਦੀ ਜਾਂ ਪੰਥ ਪ੍ਰਸਤ ਪੰਜਾਬ ਦੀ ਗੱਲ ਕਰੇ, ਉਹਨਾਂ ਨੂੰ ਨਜਾਇਜ਼ UAPA ਦੇ ਭੈੜੀਆਂ ਧਰਾਵਾਂ ਲਾ ਕੇ ਅੰਦਰ ਲੰਮੇ ਸਮੇਂ ਲਈ ਡੱਕ ਦਿੱਤਾ ਜਾਂਦਾ ਆ। ਮੈਂ ਪੁੱਛਣਾ ਚਾਹੁੰਦਾ ਤੁਸੀਂ ਬੰਦੀ ਸਿੰਘ ਯਾਦ ਕਰਦੇ? ਮੈਂ ਪੁੱਛਣਾ ਤੁਹਾਨੂੰ ਚਾਹੁੰਦਾ ਸਾਡੇ ਕਿਸਾਨਾਂ 'ਚ ਮੰਡੀਆਂ 'ਚ ਕਿਸਾਨ ਰੋਲ ਰਹੇ, ਕਿਸਾਨ ਦਾ ਬੁਰਾ ਹਾਲਾਤ ਆ, ਉਹਨਾਂ ਦਾ ਜਿਹੜੀ ਆ ਝੋਨੇ ਦੀ ਫਸਲ ਬਰਬਾਦ ਹੋ ਰਹੀ ਆ, ਤੁਹਾਡੇ ਜਿਹੜੇ ਗੋਦਾਮ ਆ ਗੋਦਾਮਾਂ ਦੇ ਵਿੱਚ ਜਿਹੜੀ ਫਸਲ ਵਾ ਸੜ ਗਲਦੀ ਪਈ ਆ, ਕੋਈ ਜਗ੍ਹਾ ਨਹੀਂ ਰੱਖਣ ਵਾਸਤੇ। ਜੇ ਕਿਸਾਨ ਭੁੱਖਮਰੀ ਦੇ ਵਿੱਚ ਹਾਲਾਤਾਂ ਦੇ ਵਿੱਚ ਜ਼ਿੰਦਗੀ ਬਤੀਤ ਕਰੇਗਾ ਤਾਂ ਵਪਾਰੀ ਵਰਗ, ਕੋਈ ਵੀ ਕਿੱਤਾ, ਕੋਈ ਵੀ ਕਾਰਖਾਨੇ, ਸ਼ਹਿਰੀ ਵਰਗ, ਕਿਸੇ ਵੀ ਮਜ਼ਦੂਰ, ਦੁਕਾਨਦਾਰ ਸਾਰੇ ਘਾਟੇ ਦੇ ਵਿੱਚ ਜਾਵਾਂਗੇ। ਹੁਣ ਮੈਂ ਵੋਟਰਾਂ ਅੱਗੇ ਇਹ ਅਪੀਲ ਕਰਨਾ, ਤੁਸੀਂ ਸਾਰਿਆਂ ਨੂੰ ਵੇਖ ਲਿਆ, ਇੱਕ ਵਾਰੀ ਪੰਥ ਦੀ ਆਵਾਜ਼ ਬੁਲੰਦ ਕਰੀਏ। ਪੰਥ ਦਾ ਹਲਕਾ ਵਾ ਡੇਰਾ ਬਾਬਾ ਨਾਨਕ, ਅਤੇ ਪੰਥ ਨੂੰ ਇਸ ਵਾਰ ਹਮਾਇਤ ਦੇ ਕੇ ਸਰਦਾਰ ਸਿਮਰਜੀਤ ਸਿੰਘ ਜੀ ਮਾਣ ਹਣਾ ਦਾ ਜਿਹੜਾ ਬਾਲਟੀ ਦਾ ਚੋਣ ਨਿਸ਼ਾਨ ਵਾ, ਜਿਹੜਾ ਦਾਸ ਨੂੰ ਉਹਨਾਂ ਨੇ ਇਸ ਕਾਬਲ ਸਮਝਿਆ, ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਅਤੇ ਪੂਰੇ ਪੰਥ ਦੀ ਆਵਾਜ਼
ਜਿਸ ਤਰੀਕੇ ਨਾਲ ਖਡੂਰ ਸਾਹਿਬ ਦੇ ਵਿੱਚ ਤੇ ਫਰੀਦਕੋਟ 'ਚ ਬਣੀ, ਇਸ ਵਾਰ ਇੱਥੇ ਵੀ ਪੰਥ ਦੀ ਆਵਾਜ਼ ਬਣ ਕੇ ਇਸ ਵਾਰ ਦੱਸ ਦਈਏ ਵੀ ਮਾਝੇ ਵਾਲੇ ਅਤੇ ਗੁਰਦਾਸਪੁਰ ਵਾਲੇ ਅਤੇ ਪੰਜਾਬ ਵਾਲੇ ਪੰਥ ਅਤੇ ਸਿੱਖ ਕੌਮ ਅਜੇ ਜਿਉਂਦੀ ਆ ਅਤੇ ਆਪਣੀਆਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਲੈ ਕੇ ਗਿਣਤੀ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਗੂੰਜਾ ਪਾਵਾਂਗੇ। ਦੇਖੋ ਤੁਹਾਨੂੰ ਅਖੀਰ ਦੇ